ਸਤਿ ਸ਼੍ਰੀ ਅਕਾਲ ਦਾ ਖਾਲਸ ਟੀਵੀ ਦੇਖ ਰਹੇ ਤੇ ਇਸ ਸਮੇਂ ਦੀ ਵੱਡੀ ਖਬਰ ਹੈ ਅਮਰਪਾਲ ਸਿੰਘ ਦੇ ਨਾਲ ਜੁੜੀ ਹੋਈ ਕੀ ਉਹ ਸੋ ਚੁੱਕਣਗੇ ਜਾਂ ਨਹੀਂ ਚੁੱਕਣਗੇ ਕਿਉਂਕਿ 4 ਤਰੀਕ ਨੂੰ ਰਿਜ਼ਲਟ ਐਲਾਨ ਦਿੱਤੇ ਗਏ ਸੀ 4 ਤਰੀਕ ਤਕਰੀਬਨ ਅੱਜ 1 ਮਹੀਨਾ ਪੂਰਾ ਹੋਣ ਵਾਲਾ ਹੈ 4 ਜੁਲਾਈ ਨੂੰ ਤੇ ਮਗਰ ਬਚਦਾ 1 ਮਹੀਨਾ ਤੇ 60 ਦਿਨਾਂ ਦੇ ਅੰਦਰ ਅੰਦਰ ਜੇਕਰ ਕੋਈ ਚੁਣਿਆ ਹੋਇਆ ਐਮਪੀ ਸੰਸਦ ਮੈਂਬਰ ਵਜੋਂ ਲੋਕ ਸਭਾ ਦੇ ਵਿੱਚ ਜਾ ਕੇ ਸਪੀਕਰ ਦੇ ਅੱਗੇ ਸੌਂ ਨਹੀਂ ਚੁੱਕਦਾ ਤਾਂ ਉਸ ਦੀ ਮੈਂਬਰਸ਼ਿਪ ਜਿਹੜੀ ਹੁੰਦੀ ਹੈ ਉਹ ਰੱਦ ਹੋ ਜਾਂਦੀ ਹੈ ਤੇ ਦੁਬਾਰਾ ਫਿਰ ਉੱਥੇ ਚੋਣ ਕਰਵਾਈ ਜਾਂਦੀ ਹੈ ਤਾਂ ਇਸ ਵਿਚਾਲੇ ਇੱਕ ਵੱਡੀ ਖਬਰ ਆਈ ਹੈ ਬੀਤੇ ਦਿਨ ਵੀ ਖਬਰਾਂ ਆਈਆਂ ਸੀ ਕਿ ਅਮਰਤਪਾਲ ਸਿੰਘ ਨੂੰ ਸੌਂ ਚੁੱਕਣ ਦੀ ਜਿਹੜੀ ਹੈ ਇਜਾਜ਼ਤ ਮਿਲ ਸਕਦੀ ਹੈ ਪਰ ਇਸ ਵਿੱਚ ਹੁਣ ਇੱਕ ਹੋਰ ਵੱਡੀ ਅਪਡੇਟ ਆਈ ਹੈ ਜੋ ਹੁਣ ਦੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਅਮਰਤਪਾਲ ਸਿੰਘ ਨੂੰ ਪੈਰੋਲ ਦੇਣ ਸੰਬੰਧੀ ਯਾਨੀ ਕਿ ਉਹਨਾਂ ਨੂੰ ਸੌ ਚੁੱਕਣ ਸੰਬੰਧੀ ਲੋਕ ਸਭਾ ਦੇ ਸਪੀਕਰ ਓਮ ਵਿੱਡਲਾ ਨੂੰ ਚਿੱਠੀ ਭੇਜ ਦਿੱਤੀ ਹੈ ਪੰਜਾਬ ਸਰਕਾਰ ਨੇ ਜਿਹੜਾ ਹੈ ਇਹ ਚਿੱਠੀ ਭੇਜ ਦਿੱਤੀ ਹੈ ਪਰ ਹੱਲੇ ਤੱਕ ਲੋਕ ਸਭਾ ਦੇ ਸਪੀਕਰ ਵੱਲੋਂ ਇਸ ਦੇ ਉੱਪਰ ਕੋਈ ਵੀ ਪ੍ਰਤੀਕਿਰਿਆ ਜਾਂ ਫਿਰ ਕਹਿ ਲੋ ਕਿ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਇਹ ਜਿਹੜੀ ਜਾਣਕਾਰੀ ਹੈ ਇਹਦਾ ਟਰਬਿਊਨ ਅਖਬਾਰ ਨੇ ਦਿੱਤੀ ਹੈ ਇਹਨਾਂ ਨੇ ਜੋ ਹਵਾਲਾ ਦਿੱਤਾ ਸਾਬਕਾ ਸਾਂਸਦ ਮੈਂਬਰ ਤੇ ਅਮਰਤ ਅਮਰਿਤਪਾਲ ਸਿੰਘ ਦੇ ਜੋ ਬੁਲਾਰੇ ਨੇ ਰਾਜਦੇਵ ਸਿੰਘ ਖਾਲਸਾ ਇਹਨਾਂ ਦੇ ਹਵਾਲੇ ਨਾਲ ਇਹ ਖਬਰ ਦੀ ਜਾਣਕਾਰੀ ਦਿੱਤੀ ਹੈ ਕਿਉਂਕਿ ਇਹਨਾਂ ਨੇ ਦੱਸਿਆ ਗਿਆ ਕਿ ਅਮਰitsar ਦੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਪੈਰੋਲ ਦੇਣ ਦੀ ਅਰਜ਼ੀ ਜਿਹੜੀ ਹੈ ਉਹ ਪੇ ਆਪਾਂ ਦਿੱਤੀ ਸੀ ਉਸ ਤੋਂ ਬਾਅਦ ਹੁਣ ਜੋ ਡੀਐਮ ਹੈ ਡਿਸਟ੍ਰਿਕਟ ਮੈਜਿਸਟ੍ਰੇਟ ਹੈ ਇਹਨਾਂ ਨੇ ਅੱਗੇ ਜਿਹੜੀ ਹੈ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਗ੍ਰੈਸ ਕੱਤਰ ਨੂੰ ਚਿੱਠੀ ਜਿਹੜੀ ਆ ਉਹ ਭੇਜ ਦਿੱਤੀ ਹੈ ਤੇ ਫਿਰ ਇਸ ਤੋਂ ਬਾਅਦ ਜਦੋਂ ਗ੍ਰੈਸ ਕੱਤਰ ਤੋਂ ਚਿੱਠੀ ਆਈ ਤਾਂ ਪੰਜਾਬ ਸਰਕਾਰ ਨੇ ਅੱਗੇ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੂੰ ਇਹ ਚਿੱਠੀ ਭੇਜ ਦਿੱਤੀ ਹੈ ਪਰ ਫਿਲਹਾਲ ਹਲੇ ਤੱਕ ਕੋਈ ਵੀ ਅਪਡੇਟ ਨਹੀਂ ਆਇਆ ਤਾਂ ਹਲੇ ਤੱਕ ਅਮਰਤਪਾਲ ਸਿੰਘ ਸੌ ਕਦੋਂ ਚੱਕੇਗਾ ਇਹ ਜਿਹੜੀ ਹੈ ਇਹ ਕੋਈ ਹਲੇ ਤੱਕ ਅਪਡੇਟ ਨਹੀਂ ਆਇਆ ਪਰ ਫਿਲਹਾਲ ਇਹ ਜ਼ਰੂਰ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਚਿੱਠੀ ਹੈ ਓਮ ਬਿੜਲਾ ਨੂੰ ਭੇਜ ਦਿੱਤੀ ਹੈ ਪੈਰੋਲ ਸੰਬੰਧੀ ਤੇ ਲਿਖਿਆ ਗਿਆ ਹੈ ਕਿ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਐਮਪੀ ਚੁਣਿਆ ਗਿਆ ਹੈ ਫਿਲਹਾਲ ਜੋ ਡਿਬਰਗੜ ਜੇਲ੍ਹ ਦੀ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਹੈ ਤਾਂ ਉਸ ਨੂੰ ਸੌ ਚੱਕਣ ਦੇ ਲਈ ਪੈਰੋਲ ਦੀ ਜਿਹੜੀ ਜ਼ਰੂਰਤ ਹੈ ਤੇ ਸੌ ਚੱਕਣੀ ਹੈ ਐਮਪੀ ਉਸਨੇ ਜੋ ਚੋਣ ਜਿੱਤੀ ਹੈ ਤੇ ਉਸਨੇ ਮੌਜੂਦਾ ਤੌਰ ਦੇ ਉੱਪਰ ਜੋ ਸੰਵਿਧਾਨ ਹੈ ਭਾਰਤ ਦਾ ਉਸ ਦੇ ਮੁਤਾਬਕ ਸੌ ਚੱਕਣੀ ਹੈ ਤੇ ਇਸ ਕਰਕੇ ਇਸ ਨੂੰ ਜਿਹੜੀ ਹੈ ਛੋੜ ਦਿੱਤੀ ਜਾਏ ਫਿਲਹਾਲ ਲੋਕ ਸਭਾ ਦੇ ਸਪੀਕਰ ਵੱਲੋਂ ਅਜਿਹੀ ਕੋਈ ਵੀ ਜਿਹੜੀ ਹੈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਜੋ ਜਿਹੜਾ ਵੀ ਐਮਪੀ ਬਣਦਾ ਉਹ 60 ਦਿਨ ਦੇ ਅੰਦਰ ਅੰਦਰ ਉਸਨੇ ਸੌ ਚੱਕਣੀ ਹੁੰਦੀ ਹੈ ਤਾਂ ਮੌਜੂਦਾ ਸਮੇਂ ਅਮਰਤਪਾਲ ਸਿੰਘ ਜੋ ਅਸਮ ਦੀ ਡਿਬਰਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਬੰਦ ਹੈ ਪਹਿਲਾਂ ਪੰਜਾਬ ਸਰਕਾਰ ਨੇ 3-3 ਮਹੀਨੇ ਇਸ ਦੀ ਐਨਐਸਏ ਦੇ ਵਿੱਚ ਵਾਅਦਾ ਕੀਤਾ ਸੀ ਪਰ ਜਿਵੇਂ ਹੀ ਅਮਰਿਤਪਾਲ ਸਿੰਘ ਚੋਣ ਜਿੱਤਦਾ ਹੈ ਤਾਂ ਉਸ ਦੇ ਜੋ ਐਨਐਸਏ ਲਗਾਇਆ ਗਿਆ ਸੀ ਇਸ ਦੀ ਮਿਆਦ ਨੂੰ ਫਿਰ 1 ਸਾਲ ਹੋਰ ਵਧਾ ਦਿੱਤਾ ਯਾਨੀ ਕਿ ਹੁਣ ਮਾਰਚ 18 ਮਾਰਚ 2025 ਤੱਕ ਅਮਰਿਤਪਾਲ ਸਿੰਘ ਦੇ ਉੱਪਰ ਐਨਐਸਏ ਐਕਟ ਹੈ ਜੋ ਉਹ ਲਾਗੂ ਰਹੇਗਾ ਅਮਰਿਤਪਾਲ ਸਿੰਘ ਦੇ ਨਾਲ ਬਾਕੀ ਉਹਨਾਂ ਦੇ ਜਿਹੜੇ ਸਾਥੀ ਹੈ ਜੇਲ੍ਹ ਦੇ ਵਿੱਚ ਬੰਦ ਇਨਾਂ ਦੇ ਉੱਪਰ ਵੀ ਐਨਐਸਏ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ ਫਿਲਹਾਲ ਇਹ ਸਭ ਕੁਝ ਪੰਜਾਬ ਸਰਕਾਰ ਦੇ ਹੱਥ ਹੈ ਕਿ ਐਨਐਸਏ ਨੂੰ ਕਿੰਨਾ ਵਧਾਣਾ ਹੈ ਜਾਂ ਫਿਰ ਇਸ ਨੂੰ ਰਿਆਤ ਦੇਣੀ ਹੈ ਪਰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅਮਰਪਾਲ ਸਿੰਘ ਤੇ ਉਸਦੇ ਸਾਥੀ ਡਿਬਰਗੜ ਜੇਲ੍ਹ ਦੇ ਵਿੱਚ ਐਨਐਸਏ ਦੇ ਤਹਿਤ ਸਜ਼ਾ ਕੱਟ ਰਹੇ ਨੇ ਇੱਕ ਸਾਲ ਤੋਂ ਬੰਦ ਹੈ ਤਾਂ ਇਸ ਦਰਮਿਆਨ ਲੋਕ ਸਭਾ ਦੀਆਂ ਚੋਣਾਂ ਆndੀਆਂ ਤੇ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਆਜ਼ਾਦ ਲੜਦੇ ਐ ਤੇ ਇੱਕ ਵੱਡੇ ਫਰਕ ਦੇ ਨਾਲ ਤਕਰੀਬਨ 4 ਲੱਖ ਤੋਂ ਵੱਧ ਵੋਟਾਂ ਹਾਸਲ ਕਰਕੇ ਐਮਪੀ ਚੁਣੇ ਜਾਂਦੇ ਆ ਤਾਂ ਇੱਥੇ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਦਾ ਲਾਲਜੀਤ ਸਿੰਘ ਪੁੱਲਰ ਚੋਣ ਹਾਰ ਜਾਂਦੇ ਨੇ ਤਾਂ ਦੂਸਰੇ ਪਾਸੇ ਹੁਣ ਅਮਰਤਪਾਲ ਸਿੰਘ ਦੇ ਜਿਹੜੇ ਸਾਥੀ ਹੈਗੇ ਨੇ ਜੋ ਭਗਵੰਤ ਸਿੰਘ ਬਾਜੇ ਕੇ ਉਹਨਾਂ ਨੇ ਵੀ ਦਾਵਾ ਕੀਤਾ ਹੈ ਕਿ ਉਹ ਚੋਣ ਜੋ ਹੈ ਉਹ ਬਾਈ ਇਲੈਕਸ਼ਨ ਹੋਣੀ ਹੈ ਗਿੱਦੜਵਾਹਾ ਉਹ ਵੀ ਲੜਨਗੇ ਇਸ ਤੋਂ ਬਾਅਦ ਕੌਂਕੇ ਜੋ ਜੇਲ੍ਹ ਦੇ ਵਿੱਚ ਬੰਦ ਹੈ ਡਿਬਰਗੜ ਜੇਲ੍ਹ ਦੇ ਵਿੱਚ ਬੰਦ ਹੈ ਐਨਐਸਐਸ ਦੇ ਤਹਿਤ ਇਹਨਾਂ ਨੇ ਵੀ ਆਪਣਾ ਚੋਣ ਲੜਨ ਦਾ ਦਾਵਾ ਪੇਸ਼ ਕੀਤਾ ਹੈ ਬਰਨਾਲਾ ਸੀਟ ਤੋਂ ਤਾਂ ਫਿਲਹਾਲ ਅਮਰਤਪਾਲ ਸਿੰਘ ਕਦੋਂ ਸੋ ਚੁੱਕਦੇ ਆ ਜਾਂ ਫਿਰ ਲੋਕ ਸਭਾ ਦੇ ਸਪੀਕਰ ਵੱਲੋਂ ਕਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਇਸ ਸਬੰਧੀ ਹਲੇ ਤੱਕ ਅਪਡੇਟ ਨਹੀਂ ਆਈ ਪਰ ਪੰਚ ਜਾਬ ਸਰਕਾਰ ਨੇ ਚਿੱਠੀ ਆਪਣੇ ਵੱਲੋਂ ਭੇਜ ਦਿੱਤੀ ਹੈ